ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਜਾਜਾ ਦੇ ਵਿੱਚ ਬੀਤੇ ਦਿਨੀ ਨਵੇਂ ਸਾਲ ਦੇ ਮੌਕੇ ਤੇ ਇੱਕ ਘਰ ਦੇ ਵਿੱਚੋਂ ਬਜ਼ੁਰਗ ਜੋੜੇ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਜਿਸ ਦੇ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਨੇ ਹੁਣ ਉਸਦੇ ਨੂੰਹ ਤੇ ਇੱਕ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਨੂੰ ਕੁਝ ਹੀ ਘੰਟਿਆਂ 'ਚ ਸੁਲਝਾ ਲਿਆ ਹੈ। ਇਹਨਾਂ ਦੋਵਾਂ ਨੇ ਮਿਲ ਕੇ ਹੀ ਬਜ਼ੁਰਗ ਜੋੜੇ ਨੂੰ ਲੂਹ ਕੰਢੇ ਖੜ੍ਹੇ ਕਰ ਦੇਣ ਵਾਲੀ ਮੌਤ ਦਿੱਤੀ ਸੀ। ਇਸ ਸਾਰੇ ਮਾਮਲੇ 'ਤੇ DSP ਟਾਂਡਾ ਰਾਜਕੁਮਾਰ ਨੇ ਵਿਸਥਾਰ 'ਚ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਤਕਰੀਬ 11:15 ਵਜੇ ਰਾਤ ਜਾਜਾ ਪਿੰਡ ਤੋਂ ਇਤਲਾਹ ਮਿਲੀ ਸੀ ਕਿ ਉਸ ਪਿੰਡ ਦੇ ਵਿੱਚ ਇੱਕ ਬਜ਼ੁਰਗ ਦੰਪਤੀ ਦਾ ਕਤਲ ਕਰ ਦਿੱਤਾ ਗਿਆ ਔਰ ਉਹ ਤੋਂ ਬਾਅਦ ਲਾਸ਼ਾਂ ਨੂੰ ਜਿਹੜੀ ਹੈਗੀ ਅੱਗ ਲਾ ਕੇ ਸਾੜਿਆ ਗਿਆ। ਸੋ ਇਹ ਇਤਲਾਹ ਮਿਲਣ ਤੋਂ ਇਮੀਡੀਏਟਲੀ ਮੈਂ ਔਰ SHO ਟਾਂਡਾ ਮੌਕਾ 'ਤੇ ਪੁੱਜੇ ਔਰ ਜਾ ਕੇ ਅਸੀਂ ਦੇਖਿਆ ਉੱਥੇ ਜਿਹੜੀ ਬੈੱਡਰੂਮ ਦੇ ਵਿੱਚ ਮਨਜੀਤ ਸਿੰਘ ਹੈਗਾ ਰਿਟਾਇਰਡ ਸੂਬੇਦਾਰ ਜਾਜਾ ਪਿੰਡ ਦਾ ਰਹਿਣ ਵਾਲਾ ਔਰ ਉਹਨਾਂ ਦੀ ਜਿਹੜੀ ਵਾਈਫ ਹੈਗੀ ਗੁਰਮੀਤ ਕੌਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਬੈੱਡਰੂਮ ਦੇ ਵਿੱਚ ਸੜ ਰਹੀਆਂ ਸੀਗੀਆਂ। ਮੌਕਾ 'ਤੇ ਜਿਹੜਾ ਇਹਨਾਂ ਦਾ ਬੇਟਾ ਰਵਿੰਦਰ ਔਰ ਮਨਦੀਪ ਕੌਰ ਮੌਜੂਦ ਸੀਗੇ। ਜਦੋਂ ਅਸੀਂ ਉਹਨਾਂ ਤੋਂ ਇਸ ਸੰਬੰਧੀ ਜਾਣਕਾਰੀ ਲਈ ਤਾਂ ਰਵਿੰਦਰ ਨੇ ਦੱਸਿਆ ਕਿ ਉਹ ਸਵੇਰੇ 11:00 ਵਜੇ ਘਰੋਂ ਚਲੇ ਗਿਆ ਸੀ ਔਰ 10:15 ਵਜੇ ਵਾਪਸ ਆਇਆ। ਜਦੋਂ ਵਾਪਸ ਆਇਆ ਤਾਂ ਬਾਹਰੋਂ ਗੇਟ ਲੱਗਾ ਹੋਇਆ ਸੀ ਔਰ ਉਹਨੇ ਖੜਕਾਉਣ ਤੋਂ ਬਾਅਦ ਜਦੋਂ ਨਹੀਂ ਖੁੱਲ੍ਹਿਆ ਤਾਂ ਉਹ ਅੰਦਰ ਗਿਆ ਔਰ ਦਰਵਾਜ਼ੇ ਨੂੰ ਧੱਕਾ ਮਾਰ ਕੇ ਅੰਦਰ ਗਿਆ ਸੀ। ਫਿਰ ਉਹਨੇ ਆਪਣੀ ਵਾਈਫ ਦਾ ਜਿਹੜਾ ਬਾਹਰੋਂ ਕੁੰਡਾ ਲੱਗਾ ਸੀ ਉਹਨੂੰ ਖੋਲ੍ਹਿਆ ਔਰ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹਦੀ ਵਾਈਫ ਬੱਝੀ ਹੋਈ ਲੱਗਦੀ ਸੀ ਪਰ ਉਹਨੇ ਜਦੋਂ ਹਲਕਾ ਜਿਹਾ ਉਸ ਬੱਝਣ ਨੂੰ ਹੱਥ ਮਾਰਿਆ ਤਾਂ ਉਹ ਨਾਲ ਹੀ ਖੁੱਲ੍ਹ ਗਿਆ ਔਰ ਖੁੱਲ੍ਹਣ ਤੋਂ ਬਾਅਦ ਇਹ ਆਪਣੇ ਪੇਰੈਂਟਸ ਦੇ ਕਮਰੇ 'ਚ ਗਿਆ। ਜਦੋਂ ਉੱਥੇ ਦੇਖਿਆ ਤਾਂ ਇਹ ਲਾਸ਼ਾਂ ਸੜ ਰਹੀਆਂ ਸੀਗੀਆਂ। ਉਹ ਤੋਂ ਬਾਅਦ ਜਿਹੜਾ ਵਾਈਫ ਨੂੰ ਜਦੋਂ ਅਸੀਂ ਇਹ ਪੁੱਛਿਆ ਤਾਂ ਉਹਨੇ ਕਿਹਾ ਕਿ ਵਕਤ ਕਰੀਬ 4 ਵਜੇ ਸ਼ਾਮ 3 ਵਿਅਕਤੀ ਘਰ 'ਚ ਆਏ ਹੈ ਜਿਨ੍ਹਾਂ ਨੇ ਮੈਨੂੰ ਇਸ ਕਮਰੇ 'ਚ ਬੰਨ੍ਹ ਦਿੱਤਾ ਹੈ ਔਰ ਜਿਹੜਾ ਇਹ ਕਾਰਾ ਹੈਗਾ ਉਹਨਾਂ ਵਿਅਕਤੀਆਂ ਦੁਆਰਾ ਕੀਤਾ ਗਿਆ। ਸਾਨੂੰ ਜਿਹੜੀ ਸਾਰੀ ਉਹ ਚੀਜ਼ਾਂ ਜਿਹੜੀਆਂ ਵਿਰੋਧਾਭਾਸੀ ਲੱਗੀਆਂ ਔਰ ਅਸੀਂ ਉਹਦੇ 'ਚ ਡੰਗਾਈ ਨਾਲ ਜਦੋਂ ਸਾਰੀ ਪੁੱਛਗਿੱਛ ਕੀਤੀ ਤਾਂ ਉਹ ਤੋਂ ਬਾਅਦ ਅਸੀਂ ਇਹਨਾਂ ਦੇ ਬੇਟੇ ਮਨਦੀਪ ਸਿੰਘ ਦੇ ਨਾਂ ਜਿਹੜਾ ਬੇਟਾ ਰਵਿੰਦਰ ਉਹਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਇਹਦੀ ਵਾਈਫ ਦੇ ਖਿਲਾਫ਼ ਔਰ ਉਹਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਕੋਈ ਹੋਰ ਅਗਿਆਤ ਵਿਅਕਤੀ ਜਾਂ ਸਹੁਰਾ ਪਰਿਵਾਰ ਜਿਹੜਾ ਹੈਗਾ ਉਹ ਮੁਲੱਬਸ ਹੋ ਸਕਦਾ, ਕਰਵਾਇਆ ਗਿਆ ਹੋ ਸਕਦਾ। ਸੋ ਇਹਦੀ ਤਫਤੀਸ਼ ਦੇ ਸੰਬੰਧ 'ਚ SSP ਸਾਹਿਬ ਜੀ ਦੇ ਧਿਆਨ 'ਚ ਲਿਆਂਦਾ ਗਿਆ। ਸੋ ਸ਼੍ਰੀ ਕੁਲਵੰਤ ਹੀਰ ਜੀ BPS SSP ਹੁਸ਼ਿਆਰਪੁਰ ਜੀ ਵੱਲੋਂ ਉਸੇ ਟਾਈਮ ਸਾਨੂੰ ਨਿਰਦੇਸ਼ ਦਿੱਤੇ ਗਏ। SP ਹੈੱਡਕੁਆਟਰ ਸ਼੍ਰੀ ਅਸ਼ਵਨੀ ਕੁਮਾਰ ਜੀ, DSP ਸ਼੍ਰੀ ਸਰਬਜੀਤ ਰਾਏ ਜੀ, ਇੰਸਪੈਕਟਰ CIA ਇੰਸਪੈਕਟਰ ਕਰਨੈਲ ਸਿੰਘ, ਇਹ ਸਾਰੀ ਟੀਮ ਵੱਖ ਵੱਖ ਥਿਊਰੀਆਂ 'ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ। ਸੋ ਜਦੋਂ ਅਸੀਂ ਇਹਦੀ ਸਾਰੀ ਤਫਤੀਸ਼ ਜਿਹੜੀ ਅਮਲ 'ਚ ਲਿਆਂਦੀ ਤਾਂ ਸਾਹਮਣੇ ਆਇਆ ਕਿ ਜਿਹੜੀ ਇਹ ਮਨਦੀਪ ਕੌਰ ਹੈਗੀ ਹੈ ਇਹਦੇ ਆਸ਼ਕਾਂ ਨਾਲ ਸੰਬੰਧ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਸਮੀਤ ਸਿੰਘ ਜੋ ਕਿ ਗ੍ਰੰਥੀ ਪਿੰਡ ਪਹਿਲਾਂ ਇਹਨਾਂ ਦਾ ਜਿਹੜਾ ਸਹੁਰਾ ਪਿੰਡ ਹੈ ਉੱਥੇ ਰਿਹਾ, ਉਹ ਤੋਂ ਬਾਅਦ ਹੁਣ ਇਹ ਇੱਥੇ ਦਾਤਾ ਪਿੰਡ ਹੈ ਉਹਦੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਹੈ ਇਹਦੇ ਨਾਲ ਚੱਲੇ ਆ ਰਹੇ ਸੀ। ਸੋ ਇਸੇ ਚੱਕਰ ਦੇ ਵਿੱਚ ਇਹਨੂੰ ਲੱਗਿਆ ਕਿ ਇਹਦੇ ਪੇਰੈਂਟਸ ਇਹਦੇ ਇਸ ਕੰਮ ਦੇ ਵਿੱਚ ਰੋੜਾ ਬਣਨਗੇ ਕਿਉਂਕਿ ਇਹਦਾ ਹਸਬੈਂਡ ਤਾਂ ਬਾਹਰ ਰਹਿੰਦਾ ਸੀਗਾ, ਉਹ ਤਾਂ ਹੁਣੇ ਆਇਆ। ਸੋ ਉਹ ਰੋੜੇ ਨੂੰ ਦੂਰ ਕਰਨ ਦੇ ਲਈ ਇਹਨੇ ਆਪਣੇ ਆਸ਼ਕ ਜਿਹੜਾ ਹੈਗਾ ਉਹਦੇ ਨਾਲ ਮਿਲ ਕੇ ਜਸਮੀਤ ਨਾਲ ਇਹ ਕਤਲ ਨੂੰ ਅੰਜਾਮ ਦਿੱਤਾ। ਸੋ ਅਸੀਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਦੋਨਾਂ ਦੋਸ਼ੀਆਂ ਤੋਂ ਮੋਟਰਸਾਈਕਲ ਜਿਹੜਾ ਸੀਗਾ ਉਹ ਬਰਾਮਦ ਕਰ ਲਿਆ, ਜੋ ਚਾਕੂ ਪਹਿਲਾਂ ਇਹਨੇ ਚਾਕੂ ਦੇ ਨਾਲ ਕਤਲ ਕੀਤਾ, ਫਿਰ ਉਹ ਤੋਂ ਬਾਅਦ ਉਹਦੀ ਸ਼ਹਾਦਤ ਮਿਟਾਉਣ ਲਈ ਜਿਹੜਾ ਹੈਗਾ ਸੀਗਾ ਅੱਗ ਲਾਈ ਗਈ ਸੀ। ਇਸ ਤੋਂ ਇਲਾਵਾ ਇਹਨਾਂ ਨੇ ਮੌਕਾ ਤੋਂ ਕਰੀਬ 19 ਤੋਲੇ ਸੋਨਾ ਔਰ 45,000 ਰੁਪਈਆ ਨਗਦੀ ਵੀ ਚੋਰੀ ਕੀਤਾ ਜਿਹੜਾ ਜਸਮੀਤ ਲੈ ਗਿਆ ਸੀਗਾ ਔਰ ਸਾਨੂੰ ਇਹ ਜਸਮੀਤ ਤੋਂ ਬਰਾਮਦ ਵੀ ਹੋ ਗਿਆ। ਇਸ ਤੋਂ ਇਲਾਵਾ ਜਦੋਂ ਅਸੀਂ ਹੋਰ ਪੁੱਛਗਿੱਛ ਕੀਤੀ ਹੈ ਤਾਂ ਇਸੇ ਲੜਕੀ ਮਨਦੀਪ ਕੌਰ ਦੇ ਪੇਰੈਂਟਸ ਘਰ ਦੇ ਵਿੱਚ ਜੋ ਨਿਸ਼ਾਨ ਸਿੰਘ ਦਾ ਦਬੁਰਜੀ 'ਚ ਉਹਦੇ ਘਰ ਚੋਰੀ ਹੋਈ ਸੀ 23/11 ਨੂੰ, ਕਰੀਬ 15 ਤੋਲੇ ਸੋਨਾ ਚੋਰੀ ਦੱਸਿਆ ਸੀ। ਅਗਿਆਤ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਔਰ ਉਹ ਵੀ ਜਿਹੜੀ ਵਾਰਦਾਤ ਹੈਗੀ ਇਹਨਾਂ ਦੋਨਾਂ ਨੇ ਆਪਣੇ ਹੀ ਘਰ 'ਚ ਲੜਕੀ ਨੇ ਕਰਵਾਈ ਸੀ ਔਰ ਉਸ ਸੰਬੰਧ ਵਿੱਚ ਵੀ ਅਸੀਂ ਬਰਾਮਦਗੀ ਇਹਨਾਂ ਤੋਂ ਕਰਾਂਗੇ। ਸੋ ਇਹ ਜਿਹੜੀ ਕਤਲ ਦੀ ਗੁੱਥੀ ਸੀਗੀ ਕੁਝ ਘੰਟਿਆਂ ਦੇ ਵਿੱਚ ਹੀ ਸੁਲਝਾ ਲਈ ਗਈ ਹੈ ਔਰ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ। ਇਹਨਾਂ ਨੇ ਜਿਹੜਾ ਸੀਗਾ ਇਹ ਤਕਰੀਬਨ ਜਦੋਂ 11 ਵਜੇ ਘਰੋਂ ਚਲੇ ਗਿਆ ਬੇਟਾ ਇਹਨਾਂ ਦਾ, ਉਹ ਤੋਂ ਬਾਅਦ ਜਿਹੜਾ ਹੈਗਾ ਇਹਨੇ ਵਟਸਐਪ 'ਤੇ ਕਾਲ ਕਰਕੇ ਜਸਮੀਤ ਨੂੰ ਘਰ ਬੁਲਾ ਲਿਆ ਔਰ ਉਹ ਤੋਂ ਜਸਮੀਤ ਨੂੰ ਘਰ ਬੁਲਾਉਣ ਤੋਂ ਬਾਅਦ ਇਹਦਾ ਜਿਹੜਾ ਸਹੁਰਾ ਸੀਗਾ ਉਹ ਬਾਹਰ ਗਿਆ ਹੋਇਆ ਸੀ, ਇਹਨੇ ਜਸਮੀਤ ਨੂੰ ਉੱਪਰ ਕਮਰੇ ਦੇ ਵਿੱਚ ਛੁਪਾ ਦਿੱਤਾ ਔਰ ਛੁੱਪਣ ਤੋਂ ਬਾਅਦ
जदों इनू दा लग्या इन्हें उस ढंग नाल इनू थले बुला के पहला इन्होंने माता का गला घुट के कतल किया और फिर जिहड़ा सीगा चाकू मार के वह इन्होंने मनजीत का कतल किया और उस तों बाद जिहड़ी लाशा नू करीब 5-6 बजे इन्होंने अग ला दी। उस तों बाद जिहड़ा दोषी जसमीत सीगा वह नेरे का फायदा उठा के उत्थों फरार हो गया। होशियारपुर तो योगेश बहल की रिपोर्ट, पंजाब टुडे।